ਮੋਟਰਸਾਈਕਲ ਵੇਖਣ ਚ ਵੇਖੋ ਕਿੱਦਾਂ ਦਾ ਲੱਗਦਾ ਪਿਆ। ਉਧਰੋਂ ਇੰਜਨ ਦੀ ਹਾਲਤ ਵੇਖ ਲਓ। ਓਕੇ ਜੀ ਅਜੇ ਚਮਕ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ। ਤੇ ਕੱਲ੍ਹ ਵਾਲਾ ਵਲੌਗ ਜਸਟ ਮੈਂ ਐਡਿਟ ਕਰਕੇ ਹੁਣ ਜੀ ਅਪਲੋਡ ਕੀਤਾ ਤੇ ਅਪਲੋਡ ਕਰਕੇ ਪਬਲਿਕ ਕਰਤਾ ਹੈ। ਅੱਜ ਥੋੜਾ ਜਿਹਾ ਟਾਈਮ ਨਾਲ ਕਰਤਾ ਪਹਿਲਾਂ ਨਾਲੋਂ। ਅੱਗੇ ਆਪਾਂ ਸਾਡੇ ਕੋਲ 8-9 ਵੱਜ ਜਾਂਦੇ ਆ, ਅੱਜ 8:15 ਦੀ ਕਰਤਾ ਹੈ ਮੈਂ, ਠੀਕ ਹੈ। ਅੱਜ ਦਾ ਆਪਣਾ ਮੇਨ ਟੋਪਿਕ ਵੈਸੇ ਤੁਸੀਂ ਥੰਬਨੇਲ ਵੇਖ ਲਿਆ ਹੋਊਗਾ ਤੇ ਕੱਲ ਵਾਲੇ ਵਲੌਗ ਚ ਵੀ ਮੈਂ ਦੱਸਿਆ ਸੀਗਾ ਕਿ ਆਪਾਂ ਬੁਲਟ ਲੈ ਕੇ ਜਾਣਾ ਐਲਾਬਾਦ, ਠੀਕ ਹੈ। ਕਾਫੀ ਟਾਈਮ ਹੋ ਗਿਆ ਉਹਦੇ ਤੇ ਕੰਮ ਨਹੀਂ ਕਰਾਇਆ ਤੇ ਉਹਦੇ ਨਿੱਕੇ ਮੋਟੇ ਕੰਮ ਕਰਨ ਵਾਲੇ ਨੇ। ਮੈਂ ਕਿਹਾ ਚੱਲ ਕੋਈ ਵੀਡੀਓ ਦੀ ਸਟਾਰਟਿੰਗ ਚ ਵਿਖਾ ਦਈਏ ਬੁਲਟ ਦੇ ਹਾਲਾਤ ਕੀ ਨੇ ਤੇ ਮੌਕੇ ਤੋਂ ਤੁਸੀਂ ਵੇਖ ਲਓ ਹਾਲਾਤ। ਇਹ ਆਖੋ ਇੱਧਰ ਲੈਮੀਨੇਸ਼ਨ ਵੀ ਪਟੀਚੇ ਨਾਲ ਹੋਇਆ ਪਿਆ, ਠੀਕ ਹੈ। ਰਿਮਾਂ ਦੀ ਹਾਲਤ ਚਲੋ ਹੈ ਹੀ ਹੈ ਬੁਰੀ, ਸਾਫ਼ ਹੀ ਨਹੀਂ ਕੀਤੇ। ਉਧਰੋਂ ਇੰਜਨ ਦੀ ਹਾਲਤ ਵੇਖ ਲਓ। ਟੈਂਕੀ 'ਤੇ ਚਲੋ ਅਜੇ ਕੱਪੜਾ ਮਾਰਨਾ, ਮਿੱਟੀ ਘੱਟਾ 'ਤੇ ਲੱਥ ਜੂਗਾ, ਠੀਕ ਹੈ। ਉਸ ਤੋਂ ਇਲਾਵਾ ਆਹ ਸਾਰਾ ਅਜੇ ਲੈਮੀਨੇਸ਼ਨ ਆਖੋ ਇੱਥੋਂ ਪੱਟਿਆ ਗਿਆ, ਠੀਕ ਹੈ। ਸੀਟ ਥੱਲੋਂ ਟੁੱਟੀ ਪਈ, ਉੱਥੇ ਵਿਖਾਊਂਗਾ ਤੁਹਾਨੂੰ ਮੈਂ ਸੀਟ ਦਾ ਹਾਲ ਅਤੇ ਬਾਕੀ ਸਲੰਸਰ ਦੀ ਹਾਲਤ ਵੀ ਵੇਖ ਲਓ ਤੁਸੀਂ, ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਛ। ਅਤੇ ਬਸ ਇੱਥੋਂ ਮੈਂ ਤੁਰਦਾ ਹੁਣ 5-10 ਮਿੰਟਾਂ 'ਚ ਅਤੇ ਉੱਥੇ ਚੱਲਦੇ ਛੇਤੀ। ਮੈਂ ਫੋਨ ਕੀਤਾ ਸੀਗਾ, ਉਹ ਕਹਿੰਦੇ ਟਾਈਮ ਨਾਲ ਲੈ ਕੇ ਆ ਜਾ ਕਿਉਂਕਿ ਸਾਰਾ ਦਿਨ ਲੱਗ ਜਾਣਾ ਅਤੇ ਫਿਰ ਆਰਾਮ ਨਾਲ ਕੰਮ ਕਰਾਂਗੇ ਇਹਦੇ 'ਤੇ। ਅਤੇ ਬਸ ਮੈਂ ਤੁਰਦਾ ਇੱਥੋਂ, ਇਹਨੂੰ ਕੱਪੜਾ ਮਾਰ ਕੇ ਫਿਰ ਆਪਾਂ ਚੱਲਦੇ ਹਾਂ। ਮੰਜ਼ਿਲ 'ਤੇ ਹੁਣ ਸ਼ਾਮ ਤੱਕ ਇੱਥੇ ਹੀ ਹਾਂ, ਕੰਮ ਸਟਾਰਟ ਹੋ ਗਿਆ ਇਹਦੇ 'ਤੇ। ਕਰਤਾ ਲੰਡਾ ਸਮਾਨ ਲੈ ਆ ਕੇ ਤਾਂ ਨਾ ਜਾਣਾ ਸਮਾਨ ਨਾਲ ਕਿਵੇਂ ਲੈ ਕੇ ਆਇਆ ਮੈਂ ਤੁਹਾਨੂੰ ਦੇਖ ਲੈਂਦੀ ਸੀਟ ਨਵੀਂ ਪਾ ਔਰ ਨਵੀਂ ਮਾਡਲ ਆ ਦੇ ਨਵੀਂ ਮਾਡਲ ਜਿਹੜੀ ਆਈ ਇਹ ਨਾ ਪਾਵਾਂ ਗਲੀ ਪਈ ਸਾਰੀ ਹੈ ਨਾ ਫਾਇਦਾ ਨਹੀਂ ਗਾ ਕਿਵੇਂ ਔਨਲਾਈਨ ਲਵਾਂ ਔਨਲਾਈਨ ਕਿੱਦਾਂ ਆਊਗੀ ਕਰਤਾ ਲੰਡਾ ਦੇਖ ਲਓ ਇਹਨਾਂ ਦਾ ਹਾਲ ਕੀ ਹੋਇਆ ਤਾ ਮੋਟਰਸਾਈਕਲ ਵੇਖਣ 'ਚ ਵੇਖੋ ਕਿੱਦਾਂ ਦਾ ਲੱਗਦਾ ਪਿਆ ਮੇਰੀ ਸਲਾਹ ਇਵੇਂ ਦੇ ਰੱਖ ਲੈਣੇ ਆ ਉੱਥੇ ਕਲਾਸਿਕ ਦੀ ਸੀਟ ਲਾ ਦਿੰਦੇ ਹਾਂ ਬਸ ਮਿੱਤਰੋ ਓਕੇ ਜਾ ਕੇ ਚਮਕ ਲੈਮੀਨੇਸ਼ਨ ਵਾਲਾ ਕੰਮ ਸਟਾਰਟ ਕਰਾਤਾ ਮੈਂ ਕਿਹਾ ਉੱਧਰ ਬੁਲਟ 'ਤੇ ਆਉਂਦਾ ਫਿਰ ਇੱਧਰ ਲੈਮੀਨੇਸ਼ਨ ਕਰਾ ਲਈਏ ਟਾਈਮ 3:01 ਕਰ ਹਜੇ ਵੀ ਪ੍ਰਗਤੀ ਤੇ ਦੇਖ ਲਓ A few moments later. Time 5:00 ਗਿਆ ਲਾਲ ਕੰਮ ਹਜੇ ਵੀ ਚੱਲੀ ਜਾਂਦਾ ਅਤੇ ਆਹ ਲੈਮੀਨੇਸ਼ਨ ਕਰਕੇ ਆ ਗਿਆ ਠੀਕ ਹੈ ਮਡਗਾਰਡ ਟੈਂਕੀਆਂ ਸਾਈਡ 'ਤੇ ਇਹਨਾਂ ਨੂੰ ਲੈਮੀਨੇਸ਼ਨ ਹੋ ਗਿਆ ਹਰਾ ਅਤੇ ਟੈਂਕੀ ਰਹਿ ਗਈ ਲੈਮੀਨੇਸ਼ਨ ਕਰਾਉਣ ਵਾਲੀ ਇਹ ਸਾਰੀ ਫਿਟਿੰਗ ਕਰਾ ਕੇ ਫਿਰ ਲੈ ਕੇ ਚੱਲਾਂਗੇ ਆਪਾਂ ਲੈਮੀਨੇਸ਼ਨ ਕਰਾਉਣ ਲਈ ਬਾਕੀ ਸਾਰਾ ਓਕੇ ਆ ਚੱਲਣ ਦਿਆ ਕੰਮ ਆਹ ਵੇਖੋ ਚਮਕ ਗਿਆ ਨਾ ਸ਼ਕਲ ਵੇਖਦੀ ਹੁੰਦੇ ਬਾਕੀ ਚਲੋ ਅਜੇ ਫਿਟਿੰਗ ਹੁੰਦੀ ਹੋਰ ਤੁਹਾਨੂੰ ਮੈਂ ਕਿਹਾ ਸੀ ਇੱਕ ਦਿਨ ਪੂਰਾ ਲੱਗੂਗਾ ਅਤੇ ਜਿੱਥੋਂ ਮੈਨੂੰ ਲੱਗਦਾ ਪੂਰਾ ਹਨੇਰਾ ਪੈ ਜਾਣਾ ਇੱਥੋਂ ਜਾਂਦੇ ਜਾਂਦੇ ਕਿਉਂਕਿ ਅਜੇ ਇੱਥੇ ਫਿਟਿੰਗ ਹੁੰਦੀ ਹੈ ਬੁਲਟ ਦੀ ਉਹ ਤੋਂ ਬਾਅਦ ਮੇਨ ਕੰਮ ਰਹਿ ਜੂ ਉਹਦੀ ਟੰਕੀ ਨੂੰ ਲੈਮੀਨੇਸ਼ਨ ਕਰਾਉਣਾ ਉਹਦੇ ਟਾਈਮ ਜਿਹੜਾ ਲੱਗੂਗਾ ਲੱਗੂ ਉਹ ਤੋਂ ਬਾਅਦ ਸਭ ਓਕੇ ਆ
ਬੁਲਟ ਤੇ ਕੰਮ ਚੱਲਣ ਦਿਆ। ਮੈਂ ਸਵੇਰ ਦਾ ਕੁਛ ਨਹੀਂ ਖਾਦਾ, ਭੁੱਖ ਲੱਗੀ, 5 ਵੱਜ ਗਿਆ। ਫਿਲਹਾਲ ਹੁਣ ਚੱਲੇ ਆ ਕੁਛ ਖਾਣ ਪੀਣ। A few moments later ਆਪਣੇ ਬੁਲਟ ਦੀ ਪੂਛ ਵੇਖ ਲਓ, ਬਸ ਮਾੜੇ ਮੋਟੇ ਡੈਂਟ ਪੈਂਟ ਜਣੇ ਉਹ ਕੱਢਣ ਦੇ ਆ। ਹਾਂ ਤੇ ਲਾਈਟ ਮੈਨੂੰ ਲੱਗਦਾ ਕੋਈ ਵਿੱਚ ਟੁੱਕਿਆ ਹੈ, ਲਾਈਟ ਟੁੱਟੀ ਹੋਈ ਹੈ। ਤੇ ਬਾਅਦ ਚੋਂ ਕਰਾਵਾਂਗੇ ਬਲੈਕ, ਬਲੈਕ ਕਰਾਵਾਂਗੇ ਜਾਂ ਚੇਂਜ ਕਰਾ ਦਾਂਗੇ, ਲਾਈਟ ਨਵੀਂ ਪਵਾਵਾਂਗੇ। ਹੋਣੀ ਹੈ 500 ਦੀ। ਚਲੋ ਕਰਦੇ ਹਾਂ। ਚਲੋ ਵੀ ਬੁਲਟ ਦੀ ਕਲੱਚ ਵਾਲੀ ਤਾਰ ਧੋਖਾ ਦੇ ਗਈ, ਹੁਣ ਉਹ ਲਿਆਉਣੀ ਪੈਣੀ ਨਵੀਂ। ਚਲੋ ਲੈ ਕੇ ਆਉਂਦੇ ਹਾਂ। ਚਲੋ ਜੀ, ਫਿਲਹਾਲ ਨਾ ਆਪਣੇ ਬੁਲਟ ਤੇ ਸਿਰਫ ਟੈਂਕੀ ਨੂੰ ਲੈਮੀਨੇਸ਼ਨ ਹੋਣ ਵਾਲਾ ਰਹਿ ਗਿਆ, ਤੇ ਉਹ ਮੈਂ ਉੱਥੇ ਛੱਡ ਆਇਆ। ਲੈਮੀਨੇਸ਼ਨ ਹੁੰਦੇ ਆ 15-20 ਮਿੰਟ ਲੱਗਣਗੇ, ਤੇ ਇੱਕ ਦੋ ਨਿੱਕੇ ਮੋਟੇ ਕੰਮ ਸੀ, ਮੈਂ ਕਿਹਾ ਚਲੋ ਨਿਬੇੜ ਲੈਂਦੇ ਹਾਂ। ਤੇ ਪਲੱਸ ਮੈਂ ਵੀਡੀਓ ਵੀ ਜ਼ਿਆਦਾ ਸ਼ੂਟ ਨਹੀਂ ਕੀਤੀ, ਕਿਉਂਕਿ ਨਾ ਘਰੋਂ ਜਦੋਂ ਮੈਂ ਆਇਆ ਵਾਂ ਉਦੋਂ ਮੈਂ ਫੋਨ ਨਹੀਂ ਵੇਖਿਆ, ਫੋਨ ਸੀਗਾ ਸਿਰਫ 30%, ਅਤੇ ਇੱਥੇ ਚਾਰਜਰ ਵੀ ਹੈ ਨਹੀਂ ਸੀ ਕਿਤੇ ਵੀ। ਅਤੇ ਫਿਰ ਮੈਂ ਕੋਈ ਜੁਗਾੜ ਕਰਕੇ ਚਾਰਜਰ ਲੈ ਕੇ ਆਇਆ, ਹੁਣ ਚਾਰਜ ਕੀਤਾ। ਲਓ ਵੀ ਮਿੱਤਰੋ, ਟਾਈਮ 7:30 ਦਾ, ਕੰਮ ਅਜੇ ਵੀ ਚੱਲਣ ਦਿਆ ਜੀ। ਅਵੇਲਾ ਟੈਂਕੀ ਦਾ ਲੈਮੀਨੇਸ਼ਨ ਰਹਿ ਗਿਆ, 10 ਮਿੰਟ ਹੋਰ ਲੱਗਣੇ ਅਜੇ, ਬਾਕੀ ਤੁਸੀਂ ਆਹ ਚਮਕ ਵੇਖ ਲਓ। ਲੈਮੀਨੇਸ਼ਨ ਕਰਾਤਾ, ਠੀਕ ਆ, ਬਫੀ ਸਭ ਕੁਛ ਓਕੇ ਹੋ ਗਿਆ। ਬਸ ਦੋ ਚੀਜ਼ਾਂ ਰਹਿ ਗਈਆਂ, ਇੱਕ ਹੀ ਰਹੀ ਸੱਚ, ਬੈਕ ਸਾਈਡ 'ਤੇ ਆਹ ਲੱਗਣ ਵਾਲਾ ਰਹਿ ਗਿਆ, ਠੀਕ ਹੈ। ਇਹ ਕੰਮ ਸਵੇਰੇ ਕਰਾਵਾਂਗੇ, ਅਤੇ ਇੰਡੀਕੇਟਰ ਵੀ, ਇੰਡੀਕੇਟਰ ਮੈਂ ਖਿਲਾਤੇ ਸੀ ਫਰੰਟ ਵਾਲੇ। ਫਿਲਹਾਲ ਹੁਣ ਇੱਕ ਵਾਰੀ ਘਰੇ ਚੱਲਦੇ ਹਾਂ ਆਪਾਂ, ਠੀਕ ਹੈ। ਲੇਟ ਕਾਫੀ ਹੋ ਗਿਆ, ਟਾਈਮ 8:00, ਠੀਕ ਹੈ, ਫਿਲਹਾਲ ਨਿਕਲੀਏ। ਅਰਸ਼ ਘਰੇ ਆ ਗਿਆ, ਹੁਣ ਤਿਆਰੀ ਹੈ ਘਰੇ ਜਾਣ ਦੀ। ਆਹ ਵੇਖ ਲਓ ਮੇਰੇ ਕੋਲ ਹੀ ਬੈਠਾ ਹੈ ਸਹਿਜ। 1 ਵਜੇ ਦਾ ਕਮੈਂਟ ਆਉਂਦਿਆ ਸੀਗਾ ਕਿ ਸਹਿਜ ਨੂੰ ਆਪਦੇ ਘਰੇ ਕਿਉਂ ਨਹੀਂ ਰੱਖਦੇ, ਸਹਿਜ ਨੂੰ ਆਪਦੇ ਘਰੇ ਕਿਉਂ ਨਹੀਂ ਰੱਖਦੇ। ਆਪ ਪੁੱਛ ਲੈ ਲਓ, ਇਹ ਰਹਿੰਦਾ ਹੀ ਨਹੀਂ ਆ, ਨਹੀਂ ਰਹਿੰਦਾ, ਕਹਿੰਦਾ ਸਕੂਲ ਲੱਗਦੇ ਮੇਰੇ, ਕਹਿੰਦਾ ਸਕੂਲ ਇੱਥੇ ਜਮਾਂ ਹੀ ਲੱਗ ਗਈ ਹੈ। ਫਿਰ ਉੱਥੋਂ ਢਾਣੀ ਤੋਂ ਆਊਗਾ ਸਕੂਲੇ, ਅਤੇ ਇੱਥੋਂ ਜਾਊਗਾ ਸਕੂਲੇ, ਬਹੁਤ ਫਰਕ ਹੁੰਦਾ, ਇਸ ਕਰਕੇ ਨਹੀਂ ਆਉਂਦਾ। ਬਾਕੀ ਸੱਚ, ਕੱਲ੍ਹ ਐਤਵਾਰ ਕਰ, ਕੱਲ੍ਹ ਥੋੜ੍ਹਾ ਪ੍ਰੋਗਰਾਮ ਹੈ, ਇਹਨੂੰ ਅਗਲੇ ਐਤਵਾਰ ਲੈ ਕੇ ਚੱਲਾਂਗੇ ਆਪਾਂ, ਇਹਨੂੰ ਟਰਾਲੀ 'ਤੇ ਬਿਠਾ ਕੇ ਵੀਡੀਓ ਬਣਾਉਣੀ ਹੈ ਜੀ ਆਪਾਂ, ਹੈ ਨਾ। ਉਹ ਸਵੇਰੇ ਕਰਾਂਗੇ, ਸਵੇਰੇ ਕਹਿੰਦਾ ਅਗਲੇ ਐਤਵਾਰ ਕਰਾਂਗੇ, ਫਿਲਹਾਲ ਚੱਲਦੇ ਹਾਂ। ਚਲੋ ਮਿੱਤਰੋ, ਹਨੇਰਾ ਕਾਫੀ ਹੋ ਗਿਆ, ਫਿਲਹਾਲ ਹੁਣ ਚੱਲਦਾ ਮੈਂ ਘਰੇ, ਅਤੇ ਘਰੇ ਚੱਲ ਕੇ ਕਰਦੇ ਅੱਗੇ ਗੱਲ ਡਿਟੇਲ 'ਚ ਆਪਾਂ। ਸਵੇਰ ਤੋਂ ਨਿਕਲਿਆ ਕਰੋ, ਹੁਣ ਆਇਆ ਵਾ ਘਰੇ ਵਾਪਸ, ਅਤੇ ਜ਼ਿਆਦਾ ਕਲਿੱਪਾਂ ਮੈਂ ਸ਼ੂਟ ਨਹੀਂ ਕੀਤੀਆਂ ਉੱਥੇ ਵੀ, ਕਿਉਂਕਿ ਇੱਕ ਤਾਂ ਰੀਜ਼ਨ ਤੁਹਾਨੂੰ ਮੈਂ ਦੱਸਿਆ ਸੀ, ਬੈਟਰੀ ਘੱਟ ਸੀਗੀ ਆਪਣੇ ਫੋਨ ਦੀ, ਅਤੇ ਦੂਜਾ ਇੰਨਾ ਜ਼ਿਆਦਾ ਉੱਥੇ ਵਿਖਾਉਣ ਵਾਲਾ ਹੈ ਨਹੀਂ ਸੀਗਾ, ਕਿਉਂਕਿ ਬੁਲਟ 'ਤੇ ਕੰਮ ਚੱਲਣ ਦਿਆ ਸੀਗਾ, ਬਫਿੰਗ ਵਗੈਰਾ। ਬਾਕੀ ਮੈਂ ਤੁਹਾਨੂੰ ਮੇਨ ਪਾਰਟ ਸਾਰੇ ਵਿਖਾਤੇ ਆ ਕਲਿੱਪ 'ਚ, ਠੀਕ ਹੈ। ਅਤੇ ਬੁਲਟ ਮੈਂ ਇੱਕ ਵਾਰੀ ਘਰੇ ਲੈ ਆਇਆ ਵਾਂ, ਪਰ ਕੰਮ ਅਜੇ ਡਨ ਨਹੀਂ ਹੋਇਆ, ਠੀਕ ਹੈ, ਥੋੜ੍ਹਾ ਜਿਹਾ ਕੰਮ ਰਹਿ ਗਿਆ ਹੈ। ਉਹ ਕੰਮ ਕੀ ਹੈ ਉਹ ਤੁਹਾਨੂੰ ਮੈਂ ਸਵੇਰੇ ਵਿਖਾਉਣਾ ਇਸੇ ਵਲੌਗ 'ਚ, ਠੀਕ ਹੈ। ਇਹ ਵਲੌਗ ਮੈਂ ਹੁਣ ਐਂਡ ਨਹੀਂ ਕਰਦਾ, ਸਵੇਰੇ ਉੱਠ ਕੇ ਟਾਈਮ ਨਾਲ ਐਂਡ ਕਰਾਂਗਾ, ਕਿਉਂਕਿ ਹੁਣ ਬਾਹਰ ਹਨੇਰਾ ਬਹੁਤ ਹੈ, ਅਤੇ ਬੁਲਟ ਤੁਹਾਨੂੰ ਵਿਖਣਾ ਨਹੀਂ। ਅਤੇ ਉੱਥੇ ਵੀ ਤੁਹਾਨੂੰ ਮੈਂ ਵਿਖਾਇਆ ਨਹੀਂ ਗਾ ਕਿ ਮੌਕੇ 'ਤੇ ਬੁਲਟ ਕਿੱਦਾਂ ਦਾ ਲੱਗਦਾ ਪਿਆ, ਕੀ ਕੁਛ ਕੰਮ ਆਪਾਂ ਕਰਾਤਾ ਇਹਦੇ ਵਿੱਚ, ਠੀਕ ਹੈ। ਇਸ ਕਰਕੇ ਸਵੇਰੇ ਉੱਠ ਕੇ ਟਾਈਮ ਨਾਲ ਤੁਹਾਨੂੰ ਮੈਂ ਵਿਖਾ ਦਾਂਗਾ, ਅਤੇ ਵੈਸੇ ਕੱਲ੍ਹ ਵਾਲੇ ਵਲੌਗ 'ਚ ਆਪਾਂ ਪਹਿਲਾਂ ਬਾਅਦ ਹੀ ਜਾਣਾ ਵਾਪਸ ਇਹਨੂੰ ਲੈ ਕੇ, ਜਿਹੜਾ ਕੰਮ ਰਹਿ ਗਿਆ ਉਹ ਕਰਾਵਾਂਗੇ, ਪਰ ਇਸ ਵਲੌਗ 'ਚ ਤੁਹਾਨੂੰ ਇੱਕ ਵਾਰੀ ਮੈਂ ਬੁਲਟ ਦੀ ਪਹਿਲੀ ਝਲਕ ਵਿਖਾ ਦਾਂਗਾ, ਠੀਕ ਹੈ, ਮੌਕੇ 'ਤੇ ਬਫਿੰਗ ਵਗੈਰਾ ਕਰਕੇ ਵੀ ਕੀ ਕੁਛ ਕੀਤਾ, ਲੈਮੀਨੇਸ਼ਨ ਵਗੈਰਾ ਕਿੱਦਾਂ ਦਾ ਆਇਆ, ਠੀਕ ਹੈ, ਸਾਰਾ ਕੁਝ ਤੁਹਾਨੂੰ ਪਤਾ ਲੱਗ ਜੂਗਾ। ਕੱਲ੍ਹ ਆਪਾਂ ਟਰਾਲੀ 'ਤੇ ਕੰਮ ਸਟਾਰਟ ਕੀਤਾ ਸੀਗਾ, ਪੇਂਟ ਵਾਲਾ ਕੰਮ ਇਹਦੀ ਜ਼ਿੰਮੇਵਾਰੀ ਸੀ, ਇਹਨੇ ਕੁਛ ਨਹੀਂ ਕੀਤਾ ਮਗਰੋਂ। ਕਿਉਂ ਨਹੀਂ ਕੀਤਾ ਪੇਂਟ ਰਿਪੋਰਟ 'ਤੇ? ਡਾਲਾ ਨਹੀਂ ਲਾਇਆ, ਇਹਦਾ ਡਾਲਾ ਮੈਂ ਲਾਉਣਾ, ਅਤੇ ਡਾਲਾ ਨਹੀਂ ਸੀ ਲੱਗਾ ਹੋਇਆ, ਕੁਛ ਟਾਇਰਾਂ ਦੀ ਫਿਟਿੰਗ ਕਰਾਂ, ਉਹ ਤੋਂ ਬਾਅਦ ਪੇਂਟ ਹੋਊਗਾ, ਠੀਕ ਹੈ। ਵਾਟਰ ਟੈਂਕ ਹੈ, ਉਹਦੇ 'ਤੇ ਵੀ ਕੰਮ ਸਟਾਰਟ ਕਰਨਾ, ਪਰ ਅੱਜ ਦੇ ਵਲੌਗ 'ਚ ਵੀ ਨਹੀਂ ਹੋਇਆ ਅਤੇ ਕੱਲ੍ਹ ਦੇ ਵਲੌਗ 'ਚ ਵੀ ਨਹੀਂ ਹੋਊਗਾ, ਕਿਉਂਕਿ ਕੱਲ੍ਹ ਵੈਸੇ ਤਾਂ ਸੰਡੇ ਆ, ਅਤੇ ਕੱਲ੍ਹ ਐਲਾਬਾਦ ਹੀ ਜਾਵਾਂਗੇ, ਇੱਕ ਥੋੜ੍ਹਾ ਉੱਥੇ ਪ੍ਰੋਗਰਾਮ ਜਿਹਾ ਸੀਗਾ ਇਸ ਕਰਕੇ, ਅਤੇ ਪਲੱਸ ਆਪਣਾ ਬੁਲਟ 'ਤੇ ਜਿਹੜਾ ਕੰਮ ਰਹਿ ਗਿਆ ਆਪਾਂ ਉਹ ਕਰਾਉਣਾ, ਯਾਨੀ ਕਿ ਹੁਣ 2 ਦਿਨ ਦੋ ਵਲੌਗਾਂ ਦੇ ਵਿੱਚ ਟਰੈਕਟਰ ਮਾਡਲ ਤੋਂ ਰਿਲੇਟਡ ਕੋਈ ਕੰਮ ਨਹੀਂ ਹੋ ਰਿਹਾ ਆਪਣਾ, ਠੀਕ ਹੈ। ਪਰਸੋਂ ਵਾਲੇ ਵਲੌਗ ਦੇ ਵਿੱਚ ਇੱਕ ਤਾਂ ਟਰਾਲੀ ਨੂੰ ਫਿੱਟ ਕਰਦਾ ਮੈਂ, ਪਲੱਸ ਆਪਣੇ ਅਰਜਨ ਦੇ ਸਿਸਟਮ ਲਾ ਕੇ, ਅਤੇ ਉਹਦਾ ਬੰਪਰ ਰਹਿ ਗਿਆ। ਕਈ ਵੀਰਾਂ ਦੇ ਕਮੈਂਟ ਆ ਗਏ ਸੀਗੇ, ਮੈਂ ਜਦੋਂ ਕਹਿਤਾ ਸੀ ਅਰਜਨ ਦਾ ਕੰਮ ਸਾਰਾ ਡਨ ਹੋ ਗਿਆ, ਬਸ ਇੱਕ ਸਾਇਲੈਂਸਰ ਰਹਿ ਗਿਆ, ਨਾਲ ਦੀ ਨਾਲ ਕਮੈਂਟ ਆ ਗਏ ਵੀ ਬੰਪਰ 'ਤੇ ਲਾਇਆ ਨਹੀਂ ਗਾ, ਅਤੇ ਬੰਪਰ ਵੀ ਇਹਦੇ ਲਈ ਮੈਂ ਡਿਜ਼ਾਇਨ ਕਰਦਾ। ਬੰਪਰ ਆਪਾਂ ਆਪਣੇ ਟਰੈਕਟਰ ਰੀਅਲ ਦਾ ਕਾਪੀ ਨਹੀਂ ਕਰਦੇ, ਠੀਕ ਹੈ, ਅਤੇ ਬੰਪਰ ਆਪਾਂ ਉਹ ਲਾਵਾਂਗੇ ਜਿਹੜਾ ਆਉਣ ਵਾਲੇ ਟਾਈਮ 'ਚ ਆਪਾਂ ਉਸ ਟਰੈਕਟਰ 'ਤੇ ਲਾਉਣਾ, ਠੀਕ ਹੈ। ਯਾਨੀ ਥੋੜ੍ਹਾ ਜਿਹਾ ਅੱਗੇ ਨੂੰ ਕੱਢ ਕੇ ਬੰਪਰ ਲੰਮਾ, ਠੀਕ ਹੈ, ਨਵੇਂ ਡਿਜ਼ਾਇਨ ਦਾ ਬੰਪਰ ਇਹਦੇ ਲਈ ਕਰਾਂਗਾ ਮੈਂ ਪ੍ਰਿੰਟ, ਅਤੇ ਉਹ ਲਾਵਾਂਗੇ ਜਿਵੇਂ ਦਾ ਆਪਣੇ ਸਵਰਾਜ 'ਤੇ ਲੱਗਾ ਹੋਇਆ, ਠੀਕ ਹੈ। ਇਹ ਕੰਮ ਨੇ ਕਰਨ ਵਾਲੇ, ਪਲੱਸ ਜਿਹੜਾ ਇਹਨੂੰ ਮੋਨਸਟਰ ਵਾਲੇ ਟਾਇਰ ਪਾਉਣੇ ਆ, ਉਹ ਵੀ ਮੈਂ ਪ੍ਰਿੰਟ ਕਰਾਂਗਾ, ਅਤੇ ਬਾਕੀ ਕਰਦੇ ਅੱਗੇ ਹੌਲੀ ਹੌਲੀ ਕੰਮ, ਅਤੇ ਹੁਣ ਤੁਹਾਨੂੰ ਮਿਲਦਾ ਮੈਂ ਸਵੇਰੇ ਸਿੱਧਾ। 2000 years later ਤੇ ਲਓ ਜੀ, ਸੇਮ ਵਲੌਗ ਆਪਣਾ ਕੰਟੀਨਿਊ ਹੁੰਦਾ ਨੈਕਸਟ ਡੇ, ਤੇ ਆਹ ਖੜਾ ਜੀ ਆਪਣਾ ਬੁਲਟ,
ਛੇਤੀ ਛੇਤੀ ਤੁਹਾਨੂੰ ਮੈਂ ਵਿਖਾ ਦੇਣਾ ਵਾ, ਠੀਕ ਹੈ। ਬਾਕੀ ਤੁਸੀਂ ਵੇਖਿਆ ਹੋਊਗਾ ਸਵੇਰੇ ਸਵੇਰੇ ਇਸ ਬੁਲਟ ਦੀਆਂ ਕਲਿੱਪਾਂ ਕਿੱਦਾਂ ਦਾ ਸੀਗਾ, ਤੇ ਹੁਣ ਮੈਂ ਤੁਹਾਨੂੰ ਵਿਖਾ ਦੇਣਾ। ਹਜੇ ਪੂਰਾ ਤਾਂ ਨਹੀਂ ਹੋਇਆ ਕੰਪਲੀਟ, ਕੰਮ ਅਜੇ ਰਹਿੰਦਾ ਕਰਨ ਵਾਲਾ, ਬਾਕੀ ਤੁਹਾਨੂੰ ਮੈਂ ਦੱਸ ਦੇਣਾ ਕੀ ਕੁਛ ਰਹਿ ਗਿਆ, ਕੀ ਕੁਛ ਹੋਣਾ, ਕੀ ਕੁਛ ਹੋ ਗਿਆ, ਠੀਕ ਹੈ। ਆਹ ਵੇਖ ਲਓ ਮੌਕੇ 'ਤੇ ਆਹ ਕੰਡੀਸ਼ਨ ਹੈ ਬੁਲਟ ਦੀ। ਇੱਕ ਤਾਂ ਬੈਕ ਸਾਈਡ ਦੀ ਲਾਈਟ ਅਤੇ ਉਹ ਸਾਰਾ ਉੱਥੇ ਰੱਖਿਆ ਹੋਇਆ, ਠੀਕ ਹੈ, ਉਹ ਨਹੀਂ ਲੈ ਕੇ ਆਏ ਅਜੇ, ਉਹਦੇ ਬਿਨਾਂ ਥੋੜ੍ਹਾ ਜਿਹਾ ਅਜੀਬ ਜਿਹਾ ਲੱਗਦਾ ਮੋਟਰਸਾਈਕਲ। ਅਤੇ ਦੂਜਾ ਇਹਦੇ 'ਤੇ ਰਹਿ ਗਿਆ ਪਾਣੀ, ਠੀਕ ਹੈ, ਯਾਨੀ ਕਿ ਪਾਣੀ ਨਹੀਂ ਮਰਾਇਆ ਬਿਲਕੁਲ ਹੀ, ਸਾਫ਼ ਕਰਨ ਵਾਲਾ ਹੈ ਜੇ, ਅਤੇ ਇਸ ਕਰਕੇ ਜਿਹੜਾ ਗੰਦ ਗੁੰਦ ਰਹਿ ਗਿਆ ਸੀਗਾ ਉੱਥੇ ਜੰਮਿਆ ਹੋਇਆ ਇੰਜਨ ਦੇ ਉੱਤੇ, ਸਫਾਈ ਬਿਲਕੁਲ ਹੀ ਨਹੀਂ ਹੋਈ। ਅਤੇ ਆਹ ਰਿਮ ਵੇਖ ਲਓ ਤੁਸੀਂ, ਇਹਨਾਂ ਦੀ ਵੀ ਬਿਲਕੁਲ ਬੁਰੀ ਹਾਲਤ ਹੈ, ਕਿਉਂਕਿ ਧਵਾਇਆ ਹੀ ਨਹੀਂ ਗਾ, ਮੇਨ ਇਹਨੂੰ ਧਵਾਉਣਾ ਸੀਗਾ ਫਿਰ ਹੀ ਸਾਫ਼ ਹੋਣਾ ਸੀ, ਅਤੇ ਰਾਤ ਆਪਾਂ ਲੇਟ ਹੋ ਗਏ ਸੀ ਇਸ ਕਰਕੇ ਮੈਂ ਸਿੱਧਾ ਘਰ ਹੀ ਲਾਇਆ ਸੀਗਾ ਮੋਟਰਸਾਈਕਲ, ਕਿਉਂਕਿ ਮੈਨੂੰ ਪਤਾ ਸੀ ਕੰਮ 'ਤੇ ਹਜੇ ਕਰਾਉਣਾ। ਹਾਂ, ਲੈਮੀਨੇਸ਼ਨ ਤੁਸੀਂ ਵੇਖ ਲਓ, ਟੈਂਕੀ ਦੇ ਉੱਤੇ ਨਵਾਂ ਹੋਇਆ, ਸਾਫ਼ ਪਤਾ ਲੱਗਣ ਦਿਆ। ਅਗਲੇ ਮਡਗਾੜ ਵੇਖ ਲਓ, ਠੀਕ ਹੈ, ਆਹ ਸਾਈਡਾਂ ਵਾਲੀਆਂ ਟੈਂਕੀਆਂ, ਅਤੇ ਬੈਕ ਸਾਈਡ ਦਾ ਮਡਗਾੜ ਹੈ, ਇਹਦੇ 'ਤੇ ਵੀ ਲੈਮੀਨੇਸ਼ਨ ਸਾਰਾ ਨਵਾਂ ਹੋਇਆ। ਪਲੱਸ ਜਿਹੜੀ ਪਹਿਲਾਂ ਢੋਲਕੀ ਸੀਗੀ, ਇਸੇ ਵਲੋਗ ਦੀ ਸ਼ੁਰੂਆਤ 'ਚ ਤੁਸੀਂ ਵੇਖ ਲਿਓ ਢੋਲਕੀ, ਠੀਕ ਹੈ, ਉਹਦਾ ਅਤੇ ਆਹ ਬੈਂਡ ਦਾ ਹੁਣ ਕਿੰਨਾ ਫਰਕ ਹੈ, ਠੀਕ ਹੈ। ਇੰਜਨ 'ਤੇ ਬਫਿੰਗ ਹੋ ਗਈ ਸਾਰੀ, ਐਂ ਚਮਕਣ ਦਿਆ ਪੂਰਾ। ਵੈਸੇ ਤਾਂ ਜਿਹਦੇ ਤੋਂ ਲੈਮੀਨੇਸ਼ਨ ਕਰਾਇਆ ਉਹਨੇ ਕਿਹਾ ਸੀ ਵੀ 2 ਦਿਨ ਹਜੇ ਪਾਣੀ ਨਾ ਮਾਰੀ, ਠੀਕ ਹੈ, ਕਿਉਂਕਿ ਨਾ ਜਿਵੇਂ ਕਿਨਾਰੀਆਂ 'ਤੇ ਜਿਹੜੇ ਲੈਮੀਨੇਸ਼ਨ ਕਰਾਇਆ ਆ ਟੇਪ, ਅਤੇ ਇਹ ਪਟੀਚਨ ਦਾ ਡਰ ਰਹਿੰਦਾ। ਵੇਖ ਲਾਂਗੇ ਜੇ ਅੱਜ ਸਾਫ਼ ਕਰਨਾ ਹੋਇਆ ਪਾਣੀ ਨਾਲ ਕਰ ਲਾਂਗੇ, ਨਹੀਂ ਤਾਂ 2 ਦਿਨ ਰੁਕ ਕੇ ਕਰ ਲਾਂਗੇ। ਇੱਕ ਮੇਨ ਚੀਜ਼ ਜਿਹੜੀ ਰਹਿ ਗਈ ਹੈ ਉਹ ਹੈ ਸੀਟ, ਠੀਕ ਹੈ, ਸੀਟ ਅਜੇ ਟੁੱਟੀ ਹੋਈ ਹੈ, ਉਹ ਹੀ ਲਾਈ ਹੋਈ ਹੈ। ਸੀਟ ਨਵੀਂ ਔਡਰ ਕਰਤੀ ਹੈ ਮੈਂ, 29 ਤਰੀਕ ਨੂੰ ਆਜੂਗੀ ਐਮਾਜ਼ੋਨ ਤੋਂ ਕੀਤੀ ਹੈ। ਬਾਕੀ ਵੇਹਨੇ ਆਉਣ ਤੋਂ ਬਾਅਦ ਕੁਆਲਿਟੀ ਕਿੱਦਾਂ ਦੀ ਹੈ, ਜੇ ਵਧੀਆ ਲੱਗੀ ਤਾਂ ਆਪਾਂ ਫਿੱਟ ਕਰ ਲਾਂਗੇ, ਨਹੀਂ ਤਾਂ ਰਿਟਰਨ ਕਰ ਦਾਂਗੇ, ਫਿਰ ਇੱਥੋਂ ਲੈ ਲਾਂਗੇ, ਕਿਉਂਕਿ ਇੱਥੋਂ ਦਾ ਅਤੇ ਔਨਲਾਈਨ ਦਾ 1000 ਦਾ ਡਿਫਰੈਂਸ ਸੀਗਾ, ਮੈਂ ਤਾਂ ਔਨਲਾਈਨ ਮੰਗਾਈ ਹੈ, ਠੀਕ ਹੈ। ਮੌਕੇ 'ਤੇ ਆਹ ਕੰਡੀਸ਼ਨ ਹੈ, ਇੰਨਾ ਕੰਮ ਹੋ ਚੁੱਕਿਆ ਆਪਣੇ ਬੁਲਟ 'ਤੇ, ਅਤੇ ਬਸ ਆਹ ਜਿਹੜਾ ਵਲੋਗ ਮੈਂ ਹੁਣ ਇੱਥੇ ਐਂਡ ਕਰਦਾ ਛੇਤੀ ਛੇਤੀ, ਕਿਉਂਕਿ ਆਹ ਕਲਿੱਪ ਮੈਂ ਐਡ ਕਰਕੇ ਵਲੋਗ ਐਡਿਟ ਕਰਾਂਗਾ ਫਿਰ ਅਪਲੋਡ ਕਰਾਂਗਾ, ਟਾਈਮ ਕਾਫੀ ਹੋ ਗਿਆ, ਅਤੇ ਨਵਾਂ ਵਲੋਗ ਵੀ ਮੈਂ ਸਟਾਰਟ ਕਰਤਾ, ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਨਵੇਂ ਵਲੋਗ 'ਚ ਸਵੇਰੇ, ਠੀਕ ਹੈ ਜੀ।